ਸੱਦੇ ਤੇ ਤੁਸੀਂ ਆ ਗਏ। ਤੁਹਾਡੇ ਨਾਲ ਇੱਕ ਹੀ ਗੱਲ ਕਰਨੀ ਹੈ, ਉਹ ਇਹ ਹੈ, ਪਿੱਛੇ ਸਦਰ ਬਾਜ਼ਾਰ ਚੋਂ ਮੈਨੂੰ ਇੱਕ ਅੱਧੀ ਵਾਰੀ ਫੋਨ ਆਇਆ ਵੀ ਕੱਲ ਨੂੰ ਜੀ ਬਾਜ਼ਾਰ ਬੰਦ ਕਰ ਦਈਏ ਜਾਂ ਕੀ ਹੋਊਗਾ, ਬੜਾ ਵੱਡਾ ਸਵਾਲੀਆ ਨਿਸ਼ਾਨ ਹੈ। ਕਾਨੂੰਨ ਨੇ ਆਪਣਾ ਕੰਮ ਕਰਨਾ, ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ, ਤੁਸੀਂ ਆਪਣਾ ਕੰਮ ਕਰਨਾ, ਸਾਰਿਆਂ ਨੇ ਆਪੋ ਆਪਣਾ ਕੰਮ ਕਰਨਾ। ਮੇਰੀ ਬਤੌਰ ਸਿਟੀ SHO ਤੁਹਾਨੂੰ ਗੁਜ਼ਾਰਿਸ਼ ਹੈ ਵੀ ਕਿਰਪਾ ਕਰਕੇ ਕਿਸੇ ਦੀ ਅਫਵਾਹ ਦੇ ਵਿੱਚ, ਕਿਸੇ ਦੀ ਗੱਲ ਵਿੱਚ ਨਹੀਂ ਆਉਣਾ। ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਤੁਹਾਡੇ ਕੋਲੇ ਦੁਕਾਨ ਦੇ ਵਿੱਚ ਗਾਹਕ ਆਉਂਦਾ ਉਹ ਆਪਣੀ ਗੱਲ ਸੁਣਾ ਜਾਂਦਾ, ਕੋਈ ਹੋਰ ਆਉਂਦਾ ਉਹ ਆਪਣੀ ਗੱਲ ਸੁਣਾ ਜਾਂਦਾ, ਕੋਈ ਹੱਕ ਚ ਬੋਲਦਾ, ਕੋਈ ਖਿਲਾਫ਼ ਬੋਲਦਾ। ਅਸੀਂ ਸਾਰੇ ਇੱਥੇ ਹੀ ਰਹਿੰਦੇ ਹਾਂ, ਇੱਥੇ ਹੀ ਇੱਕ ਦੂਜੇ ਨੂੰ ਮਿਲਦੇ ਹਾਂ, ਇੱਥੇ ਹੀ ਆਪਣਾ ਜੀਵਨ ਯਾਚਨ ਕਰਦੇ ਹਾਂ। ਜਿੱਥੇ ਤੱਕ ਦੁਕਾਨਦਾਰ ਦੀ ਸੁਰੱਖਿਆ ਦਾ ਸਵਾਲ ਹੈ, ਜਿਹੜਾ ਬੜਾ ਵੱਡਾ ਮੈਨੂੰ ਲੱਗਿਆ, ਮੈਨੂੰ ਫੀਲ ਹੋਇਆ ਵੀ ਇਹ ਗੱਲ ਕਰ ਲੈਣੀ ਚਾਹੀਦੀ ਹੈ। ਕਈ ਵਾਰ ਇਹ ਹੁੰਦਾ ਵੀ ਦੁਕਾਨਦਾਰ ਇਹ ਸੋਚਦਾ ਪਤਾ ਨਹੀਂ ਵੀ ਮੇਰੀ ਦੁਕਾਨ ਦੀ ਸੁਰੱਖਿਆ ਹੋਊਗੀ ਜਾਂ ਨਹੀਂ। ਅਸੀਂ ਸਾਰੇ ਨਿੱਕੇ ਨਿੱਕੇ ਕਿੱਤੇ ਕਰਨ ਵਾਲੇ, ਆਪਣੇ ਬੱਚੇ ਪਾਲਣ ਵਾਲੇ ਬੰਦੇ ਹਾਂ, ਤੁਸੀਂ ਆਪਣਾ ਕਿੱਤਾ ਕਰਦੇ ਹੋ, ਅਸੀਂ ਆਪਣਾ ਕਿੱਤਾ ਕਰਦੇ ਹਾਂ, ਮਸਲਾ ਤਾਂ ਇਹ ਸਾਡਾ ਜੀਵਨ ਯਾਪਨ ਹੈ, ਸਮਾਜ ਪ੍ਰਤੀ ਸਾਡੀ ਸੇਵਾ ਹੈ। ਜਿੱਥੇ ਤੱਕ ਤੁਹਾਡੀ ਸੁਰੱਖਿਆ ਦਾ ਸਵਾਲ ਹੈ, ਮੈਂ ਤੁਹਾਨੂੰ 100% ਯਕੀਨ ਦਵਾਉਣਾ, ਸਾਡੇ ਕੋਲੇ ਸਫੀਸ਼ੀਐਂਟ ਨੰਬਰ ਦੇ ਵਿੱਚ ਫੋਰਸ ਹੈ, ਸਫੀਸ਼ੀਐਂਟ ਨੰਬਰ ਦੇ ਵਿੱਚ ਸਾਧਨ ਨੇ, ਜੋ ਲੋੜੀਂਦਾ ਸਾਧਨ ਹੋ ਸਕਦਾ ਹੈ ਜਿਹਦੇ ਨਾਲ ਤੁਹਾਡੀ ਸੁਰੱਖਿਆ ਕੀਤੀ ਜਾ ਸਕੇ ਉਹ ਸਾਡੇ ਕੋਲ ਹੈ। ਤੁਸੀਂ ਫਲੈਗ ਮਾਰਚ ਦੇਖਿਆ ਹੋਊਗਾ, ਤੁਸੀਂ ਪੈਰਾਮਿਲਟਰੀ ਫੋਰਸ ਦੇਖੀ ਹੋਊਗੀ, ਤੁਸੀਂ ਸਾਰਾ ਕੁਝ ਦੇਖਿਆ, ਸਾਰਾ ਸਿਵਲ ਪ੍ਰਸ਼ਾਸਨ, ਸਾਰਾ ਪੁਲਿਸ ਪ੍ਰਸ਼ਾਸਨ ਇਸ ਗੱਲ ਤੇ ਹੈ ਕਿ ਜਿਹੜਾ ਇੱਕ ਆਮ ਆਦਮੀ ਹੈ ਉਹਦਾ ਜਿਹੜਾ ਜੀਵਨ ਹੈ ਉਹ ਡਿਸਟਰਬ ਨਾ ਹੋਵੇ। ਕਿਸੇ ਨੇ ਦੇਖੋ, ਸਾਰੇ ਬੰਦੇ ਇੰਨੇ ਅਮੀਰ ਨਹੀਂ ਹੁੰਦੇ ਹੈਗੇ ਵੀ ਉਹ ਦੋ ਦੋ ਮਹੀਨਿਆਂ ਦਾ ਰਾਸ਼ਨ ਪਾ ਕੇ ਰੱਖ ਲੈਣ। ਸਾਡੇ ਦੇ ਵਿੱਚ ਇਹੋ ਜਿਹੀਆਂ ਵੀ ਜਮਾਤਾਂ ਨੇ, ਇਹੋ ਜਿਹੇ ਵੀ ਲੋਕ ਨੇ, ਕਲਾਸ ਹੈਗੀ, ਜਿਹੜੇ ਵਿਚਾਰੇ ਸਵੇਰੇ ਖਰੀਦਦੇ ਆ ਸ਼ਾਮ ਨੂੰ ਖਾਂਦੇ ਆ, ਸ਼ਾਮ ਨੂੰ ਖਰੀਦਦੇ ਆ ਸਵੇਰੇ ਖਾਂਦੇ ਆ, ਤੇ ਉਹਨਾਂ ਕੋਲ ਏਡੀ ਪਰੋਖੋ ਨਹੀਂ ਹੁੰਦੀ ਹੈਗੀ ਵੀ ਉਹ ਆਪਣਾ ਕੋਈ ਸਟੋਰ ਕਰ ਲੈਣ। ਤੇ ਮੇਰੀ ਤੁਹਾਨੂੰ ਬੇਨਤੀ ਹੈ ਵੀ ਜਿਹੜਾ ਬਾਜ਼ਾਰ ਹੈ ਉਹਨੂੰ ਅਫਵਾਹ ਚ ਨਾ ਆ ਕੇ, ਕਿਤੇ ਵੀ ਨਾ ਹੋਵੇ ਵੀ ਤੁਸੀਂ ਅਫਵਾਹ ਚ ਆ ਕੇ ਕੋਈ ਵੀ ਨਹੀਂ ਜੀ ਅੱਜ ਤਾਂ ਨਹੀਂ ਖੋਲਦੇ ਹੈਗੇ, ਅੱਜ ਤਾਂ ਜੀ ਕੀ ਪਤਾ ਸਾਡੀ ਸੁਰੱਖਿਆ ਹੋਊਗੀ ਜਾਂ ਨਹੀਂ ਹੋਊਗੀ। ਬਤੌਰ ਸਿਟੀ SHO ਮੈਂ ਤੁਹਾਨੂੰ ਯਕੀਨ ਦਵਾਉਣਾ ਇਸ ਗੱਲ ਦਾ 100% ਯਕੀਨਨ, ਜਿੰਨੀ ਦੇਰ ਤੱਕ ਦੀਪਿੰਦਰ ਸਿੰਘ SHO ਸਿਟੀ ਸੰਗਰੂਰ ਤੁਹਾਡੇ ਵਿਚਕਾਰ ਖੜਾ ਹੈ, ਤੁਹਾਡਾ ਵਪਾਰ 100% ਇਨ ਬਿਨ ਚੱਲੂਗਾ। ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੈਗੀ, ਧੱਕੇ ਨਾਲ ਤੁਹਾਡਾ ਵਪਾਰ ਬੰਦ ਕਰਾ ਦੇਣਾ। ਤੁਹਾਡੇ ਵਿੱਚ ਰਹੂੰਗਾ, ਤੁਹਾਡੇ ਵਿੱਚ ਹੀ ਹੁਣ ਫਿਰੀ ਜਾਂਦਾ, ਕੱਲ ਦੇ ਤੁਸੀਂ ਦੇਖਦੇ ਹੀ ਹੋ। ਮੇਰਾ ਖਿਆਲ ਹੈ ਮੈਂ ਸਦਰ ਬਾਜ਼ਾਰ ਵੀ ਦਿਨਾ ਉੱਪਰ ਤਕਰੀਬਨ 10 ਗੇੜੇ ਲਾਉਣਾ। ਮੈਂ ਫਿਰ ਕਈ ਵਾਰ ਗੱਡੀ ਵਾਲਿਆਂ ਨੂੰ ਕਹਿਣਾ ਹੁੰਦਾ ਵੀ ਯਾਰ ਇੱਧਰ ਦੀ ਨੀ, ਅੱਜ ਇੱਧਰ ਦੀ ਚੱਲ, ਇੱਧਰ ਥੋੜੀ ਜਿਹੀ ਭੀੜ ਜ਼ਿਆਦਾ ਹੁੰਦੀ ਹੈ, ਪਰੇਸ਼ਾਨੀ ਆਉਂਦੀ ਹੈ, ਮੂਵਮੈਂਟ ਸਾਰਾ ਦਿਨ ਫੋਰਸ ਦੀ ਰਹਿੰਦੀ ਹੈ। ਹੁਣ ਦੇਖੋ ਅਸੀਂ ਆਪਣੀ ਡਿਊਟੀ ਪੂਰੀ ਕਰਾਂਗੇ, ਤੁਹਾਡਾ ਅਧਿਕਾਰ ਤਾਂ ਮੈਂ ਪੂਰਾ ਕਰਦਾ ਨਾ, ਤੁਹਾਡਾ ਸੇਫਟੀ ਦਾ ਅਧਿਕਾਰ ਹੈ, ਮੇਰੀ ਡਿਊਟੀ ਹੈ, ਠੀਕ ਹੈ ਜੀ। ਹੁਣ ਤੁਹਾਡੇ ਕਰਤੱਵੀ ਨੇ, ਜੇ ਨਾਲ ਸਾਡੇ ਫੰਡਾਮੈਂਟਲ ਰਾਈਟਸ ਨੇ ਤਾਂ ਫੰਡਾਮੈਂਟਲ ਡਿਊਟੀਜ਼ ਵੀ ਨੇ। ਜੇ 14 ਚ ਫੰਡਾਮੈਂਟਲ ਰਾਈਟਸ ਨੇ ਆਰਟੀਕਲ, ਤਾਂ ਧਾਰਾ 21 ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਵੀ ਹੈਗੀਆਂ। ਅਮੂਮਨ ਜੇ ਜ਼ਿਆਦਾ ਨਹੀਂ ਤਾਂ ਮੈਂ ਕਹਿੰਦਾ ਵੀ 40% ਦੁਕਾਨਾਂ ਇਹ ਜਿਹੜੇ ਜਿਨ੍ਹਾਂ ਤੇ CCTV ਕੈਮਰੇ ਲੱਗੇ ਹੋਏ ਨੇ, ਉਹ ਸਾਹਮਣੇ ਫੈਸ਼ਨ ਬੁਟੀਕ ਵਾਲੇ ਤੇ ਮੈਨੂੰ ਹਲੇ ਵੀ ਦਿਖਦਾ, ਉਹ ਸਾਹਮਣੇ CCTV ਕੈਮਰਾ ਲੱਗਿਆ, ਇੱਥੇ ਵੀ ਲੱਗੇ ਹੋਣਗੇ, ਹੋਰ ਦੁਕਾਨਾਂ ਤੇ ਵੀ ਲੱਗੇ ਆ। ਕੁਛ ਨਹੀਂ ਕਰਨਾ ਹੈਗਾ, ਜਾ ਕੇ ਹੁਣ ਆਪਣੀ ਦੁਕਾਨ ਦਾ CCTV ਕੈਮਰਾ ਚੈੱਕ ਕਰ ਲਓ, ਉਹਨੂੰ ਦੇਖ ਲਓ ਵੀ ਉਹ ਸੜਕ ਨੂੰ ਦਿਖਾਉਂਦਾ, ਨੰਬਰ 1। ਨੰਬਰ 2, ਉਹਦੇ ਸ਼ੀਸ਼ੇ ਤੇ ਨੱਕ ਹੋਣਗੇ ਵੀ ਥੱਲੇ ਸਟੂਲ ਧਰ ਕੇ ਤੇ ਇਹਦੇ ਤੇ ਕੱਪੜਾ ਮਾਰਦੇ, ਸਾਫ਼ ਕਰਦੇ। ਕਈ ਵਾਰੀ ਉਹ ਇੰਨੇ ਗੰਦੇ ਹੋਏ ਪਏ ਹੁੰਦੇ ਆ ਵੀ ਉਹ ਮਤਲਬ ਖਾਤਾ ਤਾਂ ਪੂਰਾ ਹੀ ਲੱਗਿਆ, ਜਦੋਂ ਅਸੀਂ ਆਉਂਦੇ ਹਾਂ ਵੀ CCTV ਦੇ, ਹਾਂ ਲਵਾਇਆ ਜਨਾਬ, ਕੋਈ ਗੱਲ ਨੀ, ਬੜਾ ਵਧੀਆ ਲਵਾਇਆ ਜੀ, ਪਰ ਜਦੋਂ ਆ ਹੁਣ ਇੱਥੇ ਡਾਕਟਰ ਛਾਪੜਾ ਦੇ ਨਾ ਕਿਸੇ ਨੇ ਕਿਤੇ ਜੇਬ ਕੱਟ ਲਈ ਵਿਚਾਰੇ ਦੀ, ਜ਼ਿਮੀਦਾਰ ਦੀ, ਉਹ ਹੁਣ ਪਤਾ ਹੀ ਨੀ ਲੱਗਦਾ। ਦੇਖੋ ਉਹ ਪਤਾ ਨੀ ਲੱਗਦਾ ਹੈਗਾ। ਕਈ ਵਾਰੀ ਅਸੀਂ 3500-4000 ਰੁਪਏ ਦੇ ਕੈਮਰੇ ਦੀ ਕਿਰਸ ਕਰ ਜਾਂਦੇ, 2-3 ਲਵਾ ਲੈਂਦਾ, ਇੱਕ ਵੀ ਇੱਧਰ ਸੜਕ ਵਾਲੇ ਪਾਸੇ ਇੱਧਰ ਕੀ ਹੈ। ਦੇਖੋ ਮੇਰੀ ਗੱਲ ਸੁਣੋ,
जे कोई बंदा थोड़ी दुकान च आऊगा तो कि तुर के आऊगा ना, हवा चो तो आना नहीं, इधरों आऊगा इधरों आऊगा, वो किसी साधन से भी आऊगा, कोई ओ भी होगा, कला बंदा तो कोई भी नहीं आता है जिस जो जेड़ा कोई माड़ा चंगा बंदा होगा, तो घटो घट सू मूवमेंट का पता लग जाए भी आया ओद कौन सी, उन्हें कितने साधन खड़ाया, की उन्हें किया की उन्हें ना किया। एक डेटरेंट इफेक्ट हुंदा है, इहदे नाल जिहड़ा माड़ा आंसर हुंदा है उहनू पता लगदा वी वीडियोग्राफी हो रही है, मैं फड़िया जाणा। नंबर एक। नंबर दो, जदों वी कदे किसे परिवार दे विच कोई झगड़ा हो जाए तो सब तो पहला कौन सुलझाउंदा है, परिवार वाला। उत्थे पहली बारी च पुलिस तां नहीं आ जांदी हैगी, पुलिस तां फिर दूजी बारी आउंदी है, वी कांट बी ओमनी प्रेजेंट, हरेक थां ते असीं नहीं हो सकदे। इस करके कई बार होंगे भी कल जो कम तो घट ही होगा, पता नहीं रब जाने लोग आने के ना आने, पता नहीं जी बसा बंद हो गई, रेलों बंद हो गई, चल भी नौकरा सारे ने छुट्टी, इवें नहीं करना। देखो तुम कि गिनती च खड़े हो, अपने आले दुआले झात मार के देखो, तुम इन्ने कदे कट्ठे नहीं हुए होंगे, हमने सोच के देखो भी जे तुम इन्ने कट्ठे हुए होंगे किसी माड़े चंगे बंदे की हिम्मत है भी थोड़े बाजार वाल हक चक के भी देख दे, जिथे तो हो जूगा भी मेरी दुकान भी मेरी आ फैशन शॉप है, मेरी तो यह सुख की चाहती है, ठीक है जी, इधर ले जा इधर ले जान किते भी, फिर तो उत्थे हुंदा है गड़बड़। जिथे मेरा बाजार, मैं कहना भी बतौर सिटी है सचो, मेरा संगरूर, मेरा बाजार, मेरे लोग, मैं थोड़ी सुरक्षा वास्ते लग्या, तो बतौर समाज थोड़ी भी जिम्मेवारी है, कलैक्टिव रिस्पोंसिबिलिटी है, ऑल फॉर वन वन फॉर ऑल, कलैक्टिव रिस्पोंसिबिलिटी है। जो मेरा बाजार, मेरा एरिया, मेरा गुआंढी, एक प्रिंसीपल पूरन सिंह हुंदे सी, उन्होंने ना प्रोफेसर सीगे, मैं हुण तां काफी देर हो गई पढ़ाई छड्डिया, एक वतन का प्यार लेख हुंदा सी पीएच, जिहड़े कोई मेरे उम्र के किसी ने पंजाबी लिटरेचर पढ़िया होगा उन्होंने जरूर याद होगा, वह कहिंदा वतन का प्यार कित्थों पैदा हुंदा है, वह कहिंदा सब झूठियां गल्लां ने, वतन वुतन का प्यार कुछ नहीं हुंदा।